ਬਹੁਤ ਹੀ ਇਮਾਨਦਾਰ ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਸਨ ਸਰਦਾਰ ਨਵਜੋਤ ਸਿੰਘ ਗਿੱਲ ਜੀ। ਸਰਦਾਰ ਨਵਜੋਤ ਸਿੰਘ ਗਿੱਲ ਜੀ ਨੇ ਆਪਣਾ ਸਮੁੱਚਾ ਜੀਵਨ ਸੱਚਾਈ 'ਤੇ ਚੱਲਦੇ ਬਿਤਾਇਆ। ਆਪ ਜੀ ਬਹੁਤ ਹੀ ਚੰਗੇ ਸੰਸਕਾਰ ਅਤੇ ਸਹਿਣਸ਼ੀਲਤਾ ਵਰਤੀ ਵਾਲੇ ਇਨਸਾਨ ਸਨ। ਗੁਰੂ ਘਰ ਪ੍ਰਤੀ ਸੱਚੀ ਸ਼ਰਧਾਵਾਨ ਸਨ ਅਤੇ ਹਰ ਇੱਕ ਗਰੀਬ ਦੀਨ ਦੁਖੀ ਦੀ ਮਦਦ ਕਰਨਾ ਆਪ ਜੀ ਦਾ ਸੁਭਾਅ ਸੀ। ਆਪ ਜੀ ਦੇ ਕਿਰਤ ਅਤੇ ਚੰਗੇ ਸੰਸਕਾਰਾਂ ਦਾ ਲਾਇਆ ਬੂਟਾ ਮੌਜੂਦਾ ਸਮੇਂ ਵਿੱਚ ਵੀ ਆਪ ਜੀ ਦੇ ਪਰਿਵਾਰ ਵਿੱਚ ਪ੍ਰਫੁੱਲਿਤ ਹੋ ਰਿਹਾ ਹੈ। ਬੀਤੇ ਦਿਨੀ ਨਵਜੋਤ ਸਿੰਘ ਗਿੱਲ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪੰਜਾਂ ਤੱਤਾਂ ਵਿੱਚ ਲੀਨ ਹੋ ਗਏ। ਇਹਨਾਂ ਦੇ ਪਰਿਵਾਰ ਵੱਲੋਂ ਇਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦੇ ਭੋਗ ਪਿੰਡ ਕੋਸਿਆਣਾ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਪਾਏ ਗਏ। ਨਵਜੋਤ ਸਿੰਘ ਗਿੱਲ ਜੀ ਆਪਣੇ ਪਿੱਛੇ ਆਪਣੇ ਪਰਿਵਾਰ ਵਿੱਚ ਪ੍ਰਕਾਸ਼ ਕੌਰ ਗਿੱਲ ਮਾਤਾ ਜੀ, ਜਸਵਿੰਦਰ ਕੌਰ ਗਿੱਲ ਧਰਮ ਪਤਨੀ, ਮਹਿਤਾਬ ਸਿੰਘ ਗਿੱਲ ਬੇਟਾ, ਜਗਜੀਵਨ ਸਿੰਘ ਗਿੱਲ ਕੈਨੇਡਾ ਚਾਚਾ ਜੀ, ਗੁਰਦੀਪ ਸਿੰਘ ਗਿੱਲ ਚਾਚਾ ਜੀ, ਮਾਸਟਰ ਬਸੰਤ ਸਿੰਘ ਸਮਰਾ ਨਾਨਾ ਜੀ, ਗੁਰਸੇਵਕ ਸਿੰਘ ਸਾਲਾ ਜੀ, ਕਰਨਜੋਤ ਸਿੰਘ ਗਿੱਲ, ਅੰਮ੍ਰਿਤਜੋਤ ਸਿੰਘ ਗਿੱਲ, ਸਿਕੰਦਰਜੋਤ ਸਿੰਘ ਭਰਾ ਅਤੇ ਸਮੂਹ ਪਰਿਵਾਰ ਨੂੰ ਸਦੀਵੀ ਵਿੱਚ ਛੋੜਾ ਦੇ ਗਏ। ਇਹਨਾਂ ਦੇ ਪਰਿਵਾਰ ਵੱਲੋਂ ਦੁੱਖ ਵਿੱਚ ਇਕੱਤਰ ਹੋਈ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਹੁਣ ਆਪਾਂ ਅਨੰਦ ਸਾਹਿਬ ਜੀ ਦੇ ਜਾਪ ਕਰਾਂਗੇ, ਉਪਰੰਤ ਮਾਲਕ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜੋ ਵੀ ਵਿਨੈ ਕਰਾਂਗੇ। ਧੰਨਵਾਦ। ਰਾਮ ਕਲੀ ਮਹਲਾ ਤੀਜਾ, ਵਾਹਿਗੁਰੂ ਓੰਕਾਰ ਸਤਿਗੁਰ ਪ੍ਰਸਾਦ, ਨੰਦ ਪਿਆ ਮੇਰੀ ਮਾਂ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸਿਰ ਤੇ ਮਨ ਵਜਿਆ ਤਾਂ। ਸੋਣੋ ਸੰਤੋ ਸਬਦ ਕਰੋ ਪਿਆਰੋ।
ਸੱਚਾ ਨਾਮ ਮੇਰਾ ਯਾਦਾਰੋ ਵਾਜੇ ਪੰਚ ਸ਼ਬਦ ਜਤਕਾਰ ਸੁਭਾਗ ਹਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰਤਾ ਆਰੀਆ ਪੰਜ ਦੋਤ ਦੁੱਧ ਵਾਸ ਕੀਤੇ ਕਾਲ ਕੰਟਕ ਮਾਰਿਆ ਕਰਮ ਪਾਇਆ ਤੁਦ ਜਿਨ ਤੋਸ਼ੇ ਨਾਮ ਹਰ ਕੇ ਲਾਗੇ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਆਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਤੁਧਿਆ ਗਏ ਅਰਦਾਸ ਹਮਾਰੀ ਜੀਓ ਪਿੰਡ ਸਾਹਿਬ ਤੇਰਾ ਵਾਹਿਗੁਰੂ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਮੇਰਾ ਵਾਹਿਗੁਰੂ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਜੈ ਸ੍ਰੀ ਮਹਲਾ ਪੰਜਵਾ ਕੋਈ ਜਨ ਹਰ ਸਿਓ ਦੇਵੈ ਜੋਰ ਚਰਨ ਗਹੁ ਬਕੋ ਸੁਭ ਰਸਨਾ ਦੀਜਹਿ ਪ੍ਰਾਣੇ ਅਕੋਰ ਕੋਈ ਜਨ ਹਰ ਸਿਓ ਦੇਵੈ ਜੋਰ ਚਰਨ ਗਹੁ ਬਕੋ ਸੁਭ ਰਸਨਾ ਦੀਜਹਿ ਪ੍ਰਾਣੀ ਕੋਰ ਰਹਾਉ ਮਨ ਤਨ ਨਿਰਮਲ ਕਰਤ ਕਿਆਰੋ ਹਰ ਸਿੰਚੈ ਸੁਧਾ ਸੰਜੋਰ ਕਿਆਰਾ ਸੁਮਹਿ ਮਗਨ ਹੋਤ ਕਿਰਪਾ ਤੇ ਮਹਾ ਵਿਖਿਆ ਤੇ ਤੋਰ ਆਇਓ ਸਰਨ ਦੀਨ ਦੁੱਖ ਭੰਜਨ ਚਿਤਵੋ ਤੁਮਰੀ ਓਰ ਅਭੈ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਸ਼ੋਰ ਆਇਓ ਸਰਨ ਦੀਨ ਦੁੱਖ ਭੰਜਨ ਚਿਤਵੋ ਤੁਮਰੀ ਓਰ ਅਭੈ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਸ਼ੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਡੇ ਇਸ ਗਿੱਲ ਪਰਿਵਾਰ ਦੇ ਉਸ ਹੀਰੇ ਦੀ ਯਾਦ ਵਿੱਚ ਇਕੱਤਰ ਹੋਏ ਹਾਂ, ਜੁੜ ਬੈਠੇ ਹਾਂ। ਇਹ ਬੱਚਾ ਸਾਡਾ ਮੇਰੇ ਸਾਰੇ ਭਾਣਜਿਆਂ ਚੋਂ
ਭਲਾਮਾਨ ਸਾਧੂ ਸੁਭਾਅ ਦਾ ਬੱਚਾ ਸੀ। ਜਿੱਥੋਂ ਤੱਕ ਇਸ ਪਰਿਵਾਰ ਨਾਲ ਇਹ ਬੇਇਨਸਾਫੀ ਕਹਿ ਲਓ, ਸਮੇਂ ਤੋਂ ਪਹਿਲਾਂ ਦੀ ਮੌਤ ਕਹਿ ਲਓ, ਇਹ ਪਰਿਵਾਰ ਸਾਡਾ ਪਹਿਲਾਂ ਵੀ ਇਹ ਕੁਛ ਚੱਲਦਾ ਆਇਆ, ਗੁਰੂ ਮਹਾਰਾਜ ਦੀ ਕੋਈ ਕਰੋਪੀ ਕਾਫੀ ਸਮੇਂ ਤੋਂ ਹੈ। ਇਸ ਬੱਚੇ ਦੀ ਤਰ੍ਹਾਂ ਹੀ ਕਾਫੀ ਸਮਾਂ ਪਹਿਲਾਂ ਸਾਡੇ ਬਾਈ ਜੀ ਸਾਹਿਬ ਬਲਦੇਵ ਸਿੰਘ ਜੀ ਬਹੁਤ ਛੋਟੀ ਉਮਰ ਚਲੇ ਗਏ। ਉਸ ਤੋਂ ਬਾਅਦ ਬਾਈ ਜੀ ਅਜਮੇਰ ਸਿੰਘ 40-45 ਸਾਲ ਦੀ ਉਮਰ ਚਲੇ ਗਏ, ਔਰ ਹੁਣ ਇਹ ਬੇਟਾ ਸਾਡਾ 40 ਸਾਲ ਦੀ ਉਮਰ ਵਿੱਚ ਚਲਾ ਗਿਆ। ਬਹੁਤ ਹੀ ਦੁਖਦਾਈ ਘਟਨਾ ਹੈ ਕਿ ਉਹ ਦੁਨੀਆਂ ਵਿੱਚ ਵਿਚਰ ਸਕਣ, ਔਰ ਆਪਣਾ ਵਾਹਿਗੁਰੂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਆਪਣਾ ਜਿਹੜਾ ਮਿਹਰ ਭਰਿਆ ਹੱਥ ਹੈ ਉਹ ਇਸ ਪਰਿਵਾਰ 'ਤੇ ਰੱਖ ਕੇ ਇਸ ਤੋਂ ਅੱਗੇ ਕੋਈ ਵੀ ਦੁੱਖ ਨਾ ਵਿਖਾਉਣ, ਇਸ ਪਰਿਵਾਰ ਨੂੰ ਚੰਗੀ ਸਿਹਤ ਔਰ ਚੜ੍ਹਦੀ ਕਲਾ ਵਿੱਚ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਆਪਣੇ ਕਰਮ ਕੀ ਗਤ ਮੈਂ ਕਿਆ ਜਾਣੋ, ਮੈਂ ਕਿਆ ਜਾਣੋ ਬਾਬਾ ਰੇ। ਆਪਣੇ Yeah.
ਅਮਰੂ ਨਥਾਵੇਂ ਤੋਂ ਥਾਂ ਵਾਲੇ ਬਣੇ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਕਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਜਿਹਦਾ ਕੋਈ ਵੀ ਆਸਰਾ ਨਹੀਂ ਉਹਦੇ ਆਸਰੇ, ਧੰਨ ਗੁਰੂ ਗੁਰੂ ਅਮਰਦਾਸ ਸਾਹਿਬ। ਜਿਸ ਵੇਲੇ ਸਤਿਗੁਰਾਂ ਦੇ ਸੱਚਖੰਡ ਜਾਣ ਦਾ ਸਮਾਂ ਨਜ਼ਦੀਕ ਆਇਆ ਤਾਂ ਇੱਕ ਦਿਨ ਗੁਰੂ ਅਮਰਦਾਸ ਸਾਹਿਬ ਜੀ ਨੇ ਸਾਰੇ ਪਰਿਵਾਰ ਨੂੰ ਆਪਣੇ ਪਾਸ ਬੁਲਾਇਆ। ਪਾਸ ਬੁਲਾ ਕੇ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿਣ ਲੱਗੇ, ਭਾਈ ਅਸੀਂ ਸੱਚਖੰਡ ਚਲੇ ਜਾਣਾ ਹੈ, ਤੇ ਜਦੋਂ ਅਸੀਂ ਸੱਚਖੰਡ ਚਲੇ ਜਾਵਾਂਗੇ, ਬਾਅਦ ਵਿੱਚ ਕਿਸੇ ਨੇ ਰੋਦਨ ਨਹੀਂ ਕਰਨਾ, ਭਾਵ ਕਿਸੇ ਨੇ ਰੋਣਾ ਨਹੀਂ। ਉਸ ਸਮੇਂ ਬਾਬਾ ਸੁੰਦਰ ਜੀ ਸਤਿਗੁਰਾਂ ਦੇ ਨਜ਼ਦੀਕ ਸਨ, ਭਾਵ ਕੋਲ ਸਨ। ਬਾਬਾ ਸੁੰਦਰ ਜੀ ਰਾਮ ਕਲੀ ਸਦ ਦੇ ਅੰਦਰ ਦੱਸ ਰਹੇ ਨੇ। ਇਹ ਜਿਹੜਾ ਰਾਮ ਕਲੀ ਸਦ ਦਾ ਸ਼ਬਦ ਹੈ ਨਾ ਗੁਰੂ ਕੇ ਪਿਆਰਿਓ, ਪ੍ਰਾਣੀ ਦੇ ਨਵੇਂ ਰੱਖੇ ਹੋਏ ਸ੍ਰੀ ਸਹਿਜ ਪਾਠ ਹੋਣ ਜਾਂ ਸ੍ਰੀ ਸੰਪਟ ਜਾਂ ਸ੍ਰੀ ਅਖੰਡ ਪਾਠ ਸਾਹਿਬ ਆਦਿ, ਜਿਸ ਦਿਨ ਨੌਵੇਂ ਨਾਨਕ ਪ੍ਰੰਤ ਰਾਮ ਕਲੀ ਸਦ ਦਾ ਸ਼ਬਦ ਵੀ ਨਾਲ ਗਾਇਨ ਕੀਤਾ ਜਾਂਦਾ। ਬਾਬਾ ਸੁੰਦਰ ਜੀ ਦੱਸ ਰਹੇ ਨੇ, ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਸੱਚਖੰਡ ਜਾਣ ਲੱਗਿਆਂ ਸਾਨੂੰ ਕੀ ਉਪਦੇਸ਼ ਕਰਕੇ ਗਏ ਰਾਮ ਕਲੀ ਸਦ। ਸਤਿਗੁਰੁ ਭਾਣੇ ਆਪਣੇ, ਭਾਣੇ ਦੇ ਵਿੱਚ ਰਹਿੰਦੇ ਆ, ਭਾਣੇ ਨੂੰ ਮੰਨਦਿਆਂ ਹੋਇਆਂ ਸਾਰੇ ਪਰਿਵਾਰ ਨੂੰ ਆਪਣੇ ਪਾਸ ਬੁਲਾਇਆ। ਸਤਿਗੁਰੁ ਭਾਣੇ ਆਪਣੇ, ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਸੀ, ਮਤ ਮੈਂ ਪਿੱਛੇ ਕੋਈ ਰੋਸੀ, ਸੋ ਮੈਂ ਮੂਲ ਨਾ ਪਾਇਆ। ਸਤਿਗੁਰੂ ਕਹਿਣ ਲੱਗੇ, ਜਦੋਂ ਅਸੀਂ ਸੱਚਖੰਡ ਚਲੇ ਜਾਵਾਂਗੇ, ਬਾਅਦ ਵਿੱਚ ਕਿਸੇ ਨੇ ਰੋਦਨ ਨਹੀਂ ਕਰਨਾ, ਭਾਵ ਕਿਸੇ ਨੇ ਰੋਣਾ ਨਹੀਂ। ਸਤਿਗੁਰ ਭਾਣੇ ਆਪਣੇ, ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਗ ਸੀ, ਸੋ ਮੈਂ ਮੋਲ ਨਾ ਪਾਇਆ। ਸਤਿਗੁਰੂ ਕਹਿਣ ਲੱਗੇ, ਜਿਹੜਾ ਰੋਣਾ ਹੈ ਸਾਨੂੰ ਉੱਕਾ ਨਹੀਂ ਪਾਉਂਦਾ ਜੀ ਪਾਤਸ਼ਾਹ। ਫਿਰ ਇਸ ਤੋਂ ਅੱਗੇ ਸਾਨੂੰ ਕੀ ਹੁਕਮ ਹੈ? ਤੁਸ਼ ਬੁੱਧੀ ਵਾਲੇ ਆ, ਕੁਝ ਪਤਾ ਨਹੀਂ, ਕਿਰਪਾ ਕਰਕੇ ਦੱਸ ਕੇ ਜਾਣਾ ਜੀ।
ਇਸੇ ਸ਼ਬਦ ਦੇ ਵਿੱਚ ਅਗਲੀਆਂ ਤੁਕਾਂ ਵਿੱਚ ਜਾ ਕਰਕੇ ਸਤਿਗੁਰਾਂ ਨੇ ਬਚਨ ਕਹੇ। ਅੰਤੇ ਸਤਿਗੁਰ ਬੋਲਿਆ, ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜਿਓ, ਕੇਸ਼ੋ ਗੋਪਾਲ ਪੰਡਿਤ ਸਦਿਓ, ਹਰ ਹਰ ਕਥਾ ਪੜੇ ਪੁਰਾਣ ਜਿਓ। ਗੁਰੂ ਸਾਹਿਬ ਕਹਿਣ ਲੱਗੇ, ਇਲਾਹੀ ਬਾਣੀ ਤੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ ਦਾ ਕੀਰਤਨ ਕਰਨਾ, ਕਥਾ ਕੀਰਤਨ ਸੁਖਦਾਈ, ਸੁਖ ਦੇਣ ਵਾਲੀ ਬਾਣੀ, ਕਥਾ ਕੀਰਤਨ ਵਿਚਾਰਾਂ ਦੀ ਸਾਂਝ ਕਰਨੀ। ਸੋ ਧੰਨਵਾਦ, ਤੁਸੀਂ ਅਸੀਂ ਸਾਰੇ ਨਵਜੋਤ ਸਿੰਘ ਗਿੱਲ ਉਹਨਾਂ ਦੀ ਮਿੱਠੀ ਯਾਦ ਵਿੱਚ ਕੀਰਤਨ ਦੀ ਹਾਜ਼ਰੀ ਭਰ ਰਹੇ। ਮੈਂ ਅੱਗੇ ਬੇਨਤੀ ਕਰ ਚੁੱਕਾ, ਇਹ ਜੋ ਮੌਤ ਇੱਕ ਅਟਲ ਸੱਚਿਆਈ ਹੈ, ਇਸ ਮੌਤ ਦਾ ਕੋਈ ਪਤਾ ਨਹੀਂ, ਇੱਕ ਮੌਤ ਕਦੋਂ ਆ ਜਾਵੇ। ਆਓ ਪਿਆਰ ਸਾਹਿਬ ਸ਼ਬਦ ਸ਼ਰਮਣ ਕਰੀਏ ਜੀ। ਧੰਨਵਾਦ। ਬਿਨ ਪੁੱਛਿਆ ਹੀ ਲੈ ਜਾਏ, ਬਿਨ ਪੁੱਛਿਆ ਹੀ ਲੈ ਜਾਏ, ਬਿਨ ਪੁੱਛਿਆ ਹੀ ਲੈ ਜਾਏ, ਬਿਨ ਪੁੱਛਿਆ ਪੁੱਛਿਆ
ਰਾਜ ਨਾ ਕੋਈ ਬਿਨਾਂ ਪੁੱਛਿਆ ਕੀ ਲੈ ਜਾਏ, ਬਿਨਾਂ ਪੁੱਛਿਆ
ਸੰਸਾਰ ਤੋਂ ਚਲੇ ਜਾਂਦੇ। ਸਤਿਗੁਰੂ ਬਖਸ਼ਿਸ਼ ਕਰਦੇ ਨੇ ਕਿ ਪਰਮੇਸ਼ਰ ਨੇ ਨਿਯੁਕਤ ਕੀਤਾ ਹੁੰਦਾ ਹੈ ਤੈਸ਼ ਘੜੀ ਤੈਸ਼ ਪਲ ਇਸ ਜੀਵ ਦੀ ਵਾਪਸੀ। ਜਦੋਂ ਤਿੰਨੇ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਨੇ ਨਾ, ਫਿਰ ਭਾਣਾ ਵਾਪਰ ਜਾਂਦਾ ਹੈ ਔਰ ਜੀਵ ਇਸ ਸੰਸਾਰ ਤੋਂ ਚਲੇ ਜਾਂਦੇ। ਆਓ ਅਚਿੰਤੇ ਵਾਜਪੇਈ ਕਿਰਲਾ ਵਿਸ਼ਰੀਆ। ਅਚਿੰਤੇ ਵਾਜਪੇਈ ਕਿਰਲਾ ਵਿਸ਼ਰੀਆ, ਅਚਿੰਤੇ ਵਾਜਪੇਈ
Thank you.
ਹਾਜ਼ਰੀ ਪ੍ਰਵਾਨ ਕਰ ਲੈਣੀ ਜੀ। ਹੁਣ ਆਪਾਂ ਅਨੰਦ ਸਾਹਿਬ ਜੀ ਦੇ ਜਾਪ ਕਰਕੇ ਮਾਲਕ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜੋਗੜੀ ਬਿਨੈ ਕਰਾਂਗੇ। ਇਸ ਪਰਿਵਾਰ ਦਾ ਗੁਰੂ ਕੇ ਪਿਆਰਿਓ ਸਾਡੇ ਬਹੁਤ ਹੀ ਸਤਿਕਾਰਯੋਗ ਜੋਤ ਸਿੰਘ ਜੀ ਦੇ ਚਾਚਾ ਜੀ, ਗੁਰੂ ਕੇ ਪਿਆਰਿਓ ਇਸ ਪਰਿਵਾਰ ਦਾ ਇਸ ਨਗਰ ਵਿੱਚ ਨਹੀਂ, ਇਲਾਕੇ ਵਿੱਚ ਨਹੀਂ, ਬਹੁਤ ਦੂਰ ਤੱਕ ਸਤਿਗੁਰਾਂ ਨੇ ਪਿਆਰ ਬਣਾਇਆ ਹੋਇਆ। ਮੈਂ ਦੇਖ ਰਿਹਾ ਇਲਾਕੇ ਦੀਆਂ ਮਹਾਨ ਸ਼ਖਸੀਅਤਾਂ, ਇਲਾਕੇ ਦੇ ਪੰਚ ਸਰਪੰਚ, ਮੈਂ ਨਾਂ ਲੈਣ ਲੱਗਾ ਤੇ ਸਮਾਂ ਲੱਗ ਜਾਵੇਗਾ। ਸੋ ਇੱਥੇ ਮੈਂ ਸਮਾਪਤੀ ਕਰ ਰਿਹਾ। ਹੁਣ ਆਪਾਂ ਅਨੰਦ ਸਾਹਿਬ ਜੀ ਦੇ ਜਾਪ ਕਰਾਂਗੇ, ਉਪਰੰਤ ਮਾਲਕ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜੋੜ ਦੀ ਬੇਨਤੀ ਕਰਾਂਗੇ। ਧੰਨਵਾਦ। ਰਾਮ ਕਲੀ ਮਹਲਾ ਤੀਜਾ, ਨਾਨਕ ਓੰਕਾਰ ਸਤਿਗੁਰ ਪ੍ਰਸਾਦ, ਨੰਦ ਪਿਆ ਮੇਰੀ ਮਾਂ ਕਰਿਆ ਜਨ ਹਦਵਾਰੇ।
ਸਗਲ ਜਗਤ ਚੰਗੀਆਂ ਬੁਰਿਆਈਆਂ ਵਾਚ ਧਰਮ ਦੂਰ ਧਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਨਾਮ ਧਿਆਇਆ ਗਏ ਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀ ਛੁੱਟੀ ਨਾਲ ਨਾਮ ਧਿਆਇਆ ਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਤੁਮਰਾ ਅੰਤ ਉੱਚੇ ਸੇ ਜਾ ਭਗਵੰਤ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮਰੀ ਗਤ ਮਿਤ ਤੁਮ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਤੁਧਿਆ ਗਏ ਅਰਦਾਸ ਹਮਾਰੀ ਜੀਉ ਪਿੰਡ ਸਾਹਿਬ ਤੇਰਾ ਵਾਹਿਗੁਰੂ ਕਹੋ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਮੇਰਾ ਵਾਹਿਗੁਰੂ ਕਹੋ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ 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 ਸਾਹਿਬ ਜੀ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰ ਨੋ ਨਿਧਿਆਵੇ ਧਾਏ ਸਭ ਥਾਈ ਹੋਣਾ ਜੀ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਣਾ ਜੀ ਸਹਾਏ ਦਸਾਂ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਜੁਗੋ ਜੁਗ ਅਟਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕੇ ਪਾਠ ਦਰਸ਼ਨ ਉਪਦੇਸ਼ ਜੀ ਕਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਸੁਣ ਕਰਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਮਹਾਂਪੁਰਸ਼ਾਂ ਦੀਆਂ ਕਮਾਈਆਂ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਨ ਬੰਨ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਾਨ ਆਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਅਤੇ ਵਰਤਮਾਨ ਦੇ ਸਰਬੱਤ ਸ਼ਹੀਦ ਸਿੰਘਾਂ ਸਿੰਘਣੀਆਂ ਪੁਚੰਗੀਆਂ ਪੁਚੰਗਣਾ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਬੌਲੀਆਂ ਨਿਸ਼ਾਨਾ ਸਰੋਵਰਾਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਤਹਾਂ ਤਹਾਂ ਰਿਛਿਆ ਰਿਆਏ
ਦੇਖ ਦੇਖ ਹੁੰਦਾ ਬ੍ਰਦ ਕੀ ਪੈਜ ਪੰਥ ਕੀ ਜੀ ਤ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮਕਾ ਜੈ ਜੈਕਾਰ ਬੋਲੋ ਜੀ ਆਪ ਜੀ ਕੇ ਸਿੱਖਾਂ ਕਾ ਮਾਨੀ ਮਾਂ ਮਤ ਉੱਚੀ ਮਾਤਾ ਦੇ ਰੱਖਿਆ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀ ਉਟਿਆਂ ਦੀ ਓਟ ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਆਪ ਜੀ ਕੇ ਚਰਨਾ ਕਮਲਾ ਪਾਸ ਦੋਏ ਕਰ ਅਰਦਾਸ ਬੇਨਤੀ ਜੋਦੜੀ ਹਰੀਉਰ ਮਨ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਦਰ ਘਰ ਦੇ ਸੇਵਕ ਪ੍ਰੀਤਵਾਨ ਭਾਈ ਨਵਜੋਤ ਸਿੰਘ ਜੀ ਮਨ ਸੱਚੇ ਪਾਤਸ਼ਾਹ ਜੇਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਈ ਘੱਲਿਆ ਵਹਿ ਨਾਨਕਾ ਸਦੇ ਉੱਠੀ ਜਾਏ ਰਾਣਾ ਰਾਓ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਏ ਨਾ ਬੰਧੈ ਧੀਰ ਦੇ ਮਹਾਵਾਕਾ ਅਨੁਸਾਰ ਸਤਿਗੁਰੂ ਸੱਚੇ ਪਾਤਸ਼ਾਹ ਆਪ ਜੀ ਦੀ ਬਖਸ਼ੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗਦਿਆਂ ਹੋਇਆ ਆਪ ਜੀ ਕੇ ਚਰਨਾਂ ਵਿੱਚ ਜਾ ਵਿਰਾਜੇ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਆਪ ਜੀ ਦੀ ਬਖਸ਼ੀ ਹੋਈ ਸਵਾਸਾਂ ਦੀ ਪੂੰਜੀ ਨੂੰ ਇਸ ਸੰਸਾਰ ਦੇ ਵਿੱਚ ਭੋਗਦਿਆਂ ਹੋਇਆ ਅਸਥੂਲ ਸਰੀਰ ਦੇ ਵਿੱਚ ਵਿਚਰਦਿਆਂ ਹੋਇਆ ਸੱਚੇ ਪਾਤਸ਼ਾਹ ਹੋਈਆਂ ਜੀਵਨ ਦੇ ਵਿੱਚ ਸੂਖਸ਼ਮ ਤਰੁੱਟੀਆਂ ਦੀ ਖਿਮਾ ਬਖਸ਼ਿਸ਼ ਕਰਕੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਿਸ਼ ਕਰਨਾ ਸੇਵਕ ਪਰਿਵਾਰ ਨੂੰ ਭਾਣਾ ਮੰਨਣ ਦੀ ਬਲ ਬੁੱਧੀ ਬਖਸ਼ਿਸ਼ ਰਹਿਮਤ ਕਰਨੀ ਤਿਨਾਂ ਦੇ ਨਵੇਂ ਸੱਚੇ ਪਾਤਸ਼ਾਹ ਜੀ ਸੇਵਕ ਪਰਿਵਾਰ ਵੱਲੋਂ ਆਪਣੇ ਗ੍ਰਹਿ ਵਿਖੇ ਮੁਬਾਰਕ ਚਰਨ ਆਪ ਜੀ ਕੇ ਪਵਾਏ ਗਏ ਉਪਰੰਤ ਤੁਰ ਕੇ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਦੇ ਮਹਾਂਵਾਕਾਂ ਅਨੁਸਾਰ ਸ੍ਰੀ ਸਹਿਜ ਪਾਠ ਸਾਹਿਬ ਪ੍ਰਾਰੰਭ ਕਰਵਾਏ ਗਏ ਆਪ ਤੋਂ ਮੱਧ ਮੱਧ ਤੋਂ ਸੰਪੂਰਨ ਭੋਗ ਨਿਰਵਿਘਨਤਾ ਦੇ ਸਹਿਤ ਪਾਏ ਗਏ ਸੱਚੇ ਪਾਤਸ਼ਾਹ ਜੀ ਭੋਗਾਂ ਤੋਂ ਉਪਰੰਤ ਖੁੱਲੇ ਪੰਡਾਲ ਵਿੱਚ ਆਪ ਜੀ ਕੇ ਪਾਵਨ ਪ੍ਰਕਾਸ਼ ਕੀਤੇ ਗਏ ਵੈਰਾਗਮਈ ਗੁਰਬਾਣੀ ਦੇ ਕੀਰਤਨ ਸਤਿਗੁਰੂ ਜੀ ਗੁਰਮਤਿ ਵਿਚਾਰਾਂ ਕੀਤੀਆਂ ਗਈਆਂ ਸੱਚੇ ਪਾਤਸ਼ਾਹ ਗੁਰਬਾਣੀ ਦੀ ਕਥਾ ਕਰਦੇ ਹਾਂ ਗੁਰਬਾਣੀ ਗਾਇਨ ਕਰਦੇ ਹਾਂ ਗੁਰਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ੋ ਅਗਾਂਹ ਤੋਂ ਸਮਤ ਬਖਸ਼ਿਸ਼ ਕਰਨੀ ਸਤਿਗੁਰੂ ਜੀ ਪੜ੍ਹੀ ਸੁਣੀ ਗੁਰਬਾਣੀ ਦਾ ਕਥਾ ਦਾ ਕੀਰਤਨ ਦਾ ਮਹੱਤਮ ਵਿਛੜੀ ਹੋਈ ਰੂਹ ਨੂੰ ਬਖਸ਼ਿਸ਼ ਕਰਨਾ ਵਿਛੜੀ ਹੋਈ ਰੂਹ ਨੂੰ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਿਸ਼ ਕਰਨਾ ਸੇਵਕ ਪਰਿਵਾਰ ਨੂੰ ਭਾਣਾ ਮੰਨਣ ਦੀ ਬਲ ਬੁੱਧੀ ਬਖਸ਼ਿਸ਼ ਰਹਿਮਤ ਕਰਨੀ ਸੇਵਕ ਪਰਿਵਾਰ ਨੂੰ ਖੁਸ਼ੀਆਂ ਬਖਸ਼ਿਸ਼ ਕਰਕੇ ਨਿਹਾਲ ਕਰਨਾ ਸੱਚੇ ਪਾਤਸ਼ਾਹ ਵਿਛੜੀ ਹੋਈ ਰੂਹ ਨੂੰ ਆਦੀਆਂ ਵਿਆਦੀਆਂ ਉਪਾਧੀਆਂ ਤੋਂ ਬਚਾ ਕਰਕੇ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਿਸ਼ ਕਰਨਾ ਸਤਿਗੁਰੂ ਸੱਚੇ ਪਾਤਸ਼ਾਹ ਸੇਵਕ ਪਰਿਵਾਰ ਵੱਲੋਂ ਗੁਰਬਾਣੀ ਦੇ ਕੀਰਤਨ ਆਪ ਜੀ ਕੀ ਗੁਰਬਾਣੀ ਦੇ ਅਦਬ ਨੂੰ ਸਤਿਕਾਰ ਨੂੰ ਮੁੱਖ ਰੱਖਦਿਆਂ ਹੋਇਆਂ ਆਪ ਜੀ ਨੂੰ ਸੁੰਦਰ ਪੋਸ਼ਾਕੇ ਭੇਟ ਕੀਤੇ ਗਏ ਸਤਿਗੁਰੂ ਜੀ ਬੇਅੰਤ ਮਾਇਆ ਦੇ ਗੱਫੇ ਹਾਜ਼ਰ ਕੀਤੇ ਗਏ ਵਸਤਰਾਂ ਦੀ ਸੇਵਾ ਕੀਤੀ ਗਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਸੇਵਕ ਪਰਿਵਾਰ ਦੇ ਖਜ਼ਾਨੇ ਭਰਪੂਰ ਕਰਨੇ
ਕਾਲ ਕਲਟਕ ਦੂਰ ਕਰਨੇ, ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀਓ। ਸੇਵਕ ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੀ ਬਣਦੀ ਹੋਈ ਬਿਲਡਿੰਗ ਦੇ ਮਸਜੇ ਪਾਤਸ਼ਾਹ ਜੀ ਵਿੱਚ 51,000 ਰੁਪਏ ਮਸਜੇ ਪਾਤਸ਼ਾਹ ਭਾਈ ਨਵਜੋਤ ਸਿੰਘ ਜੀ ਦੀ ਸ਼ਰਧਾਂਜਲੀ ਵੱਲੋਂ ਭੇਟ ਕੀਤੇ ਮਹਾਰਾਜ ਜੀ ਖਜ਼ਾਨੇ ਭਰਪੂਰ ਕਰਨੇ, ਕਾਲ ਕੰਟਕ ਦੂਰ ਕਰਨੇ, ਕਿਰਪਾ ਕਰਨੀ ਸਤਿਗੁਰੂ ਸੱਚੇ ਪਾਤਸ਼ਾਹ ਜੀ। ਸੇਵਕ ਪਰਿਵਾਰ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਪੰਚਾਮ੍ਰਿਤ ਕੜਾ ਪ੍ਰਸ਼ਾਦ ਦੀ ਦੇਖ ਸਜਾ ਕਰਕੇ ਆਪ ਜੀ ਕੀ ਹਜ਼ੂਰੀ ਅੰਦਰ ਹਾਜ਼ਰ ਕੀਤੀ। ਪਾਵਨ ਕੜਾ ਪ੍ਰਸ਼ਾਦ ਦੀ ਦੇਖ ਸਜਾਉਂਦੇ ਆ, ਦੇਖਦੇ ਹਜ਼ੂਰ ਗੁਰਬਾਣੀ ਪੜ੍ਹਦੇ ਆ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ੋ ਸੱਚੇ ਪਾਤਸ਼ਾਹ ਜੀਓ। ਵਿਛੜੀ ਹੋਈ ਰੂਹ ਦੇ ਦੁਸ਼ਹਿਰਾ ਸਮਾਗਮ ਨੂੰ ਮੁੱਖ ਰੱਖਦਿਆਂ ਹੋਇਆਂ ਰਿਸ਼ਤੇਦਾਰ ਸੰਬੰਧੀ ਰਿਸ਼ਤੇਦਾਰ ਮਸਜਿਦ ਪਾਤਸ਼ਾਹ ਮਿੱਤਰ ਆਦਿਕ ਨਗਰ ਨਿਵਾਸੀ ਸੰਗਤਾਂ ਨੇ, ਬੇਅੰਤ ਸੰਗਤਾਂ ਨੇ ਹਾਜ਼ਰੀ ਭਰੀ। ਆਪ ਜੀ ਨੇ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ, ਸੱਚੇ ਪਾਤਸ਼ਾਹ ਰਹਿਮਤ ਕਰਨੀ। ਐਸ ਵਕਤ ਆਪ ਜੀ ਕਰੋ ਕਿਰਪਾ, ਕਰੀ ਪਾਕ ਸਾਲ ਸੋਚ ਪਵਿੱਤਰਾ ਹੋ ਲਾਓ ਭੋਗ ਹਰ ਲਾਏ। ਆਪ ਜੀ ਕਾ ਲੱਗਿਆ ਹੋਇਆ ਭੋਗ ਸੀਤ ਪ੍ਰਸ਼ਾਦ ਸੰਗਤ ਵਿੱਚ ਵਰਤੇ, ਜੋ ਜੀ ਸਕੇ ਆਪ ਜੀ ਕਾ ਨਾਮ ਵਾਹਿਗੁਰੂ ਵਾਹਿਗੁਰੂ ਜਪੇ। ਪਾਤਸ਼ਾਹ ਜੀ ਪਾਵਨ ਪਵਿੱਤਰ ਹੁਕਮਨਾਮਾ ਬਖਸ਼ਿਸ਼ ਕਰਕੇ ਨਿਹਾਲ ਕਰੋ, ਹੁਕਮਾਂ ਤੇ ਚੱਲਣ ਦੀ ਸਮਰੱਥਤਾ ਬਖਸ਼ੋ। ਸਹੀ ਗੁਰਮੁਖ ਪਿਆਰੇ ਮਿਲੋ, ਜਿਨ੍ਹਾਂ ਦੇ ਮਿਲਿਆ ਆਪ ਜੀ ਕਾ ਪਾਵਨ ਪਵਿੱਤਰ ਨਾਮ ਚੇਤੇ ਆਵੇ। ਧੰਨ ਧੰਨ ਸਤਿਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਈ ਨਾ ਬੰਦਾ ਪੀਰ ਜਿਹਾ ਚੀਰੀ ਲਿਖਿਆ, ਤੇਹਾ ਹੁਕਮ ਕਮਾਏ, ਕੱਲੇ ਆਵਹਿ ਨਾਨਕਾ ਸੱਦੇ ਉੱਠੀ ਜਾਏ। ਜੋ ਪੁਜੇ ਸੋ ਬਿਨਸ ਹੈ, ਪਰੋ ਅੱਜ ਕੈ ਕਾਲ, ਨਾਨਕ ਹਰ ਗੁਣ ਗਾਏ ਲੇ, ਛਾੜ ਸਗਲ ਜੰਜਾਲ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸ੍ਰੀ ਮਹਲਾ ਪੰਜਵਾ। ਕੋਈ ਜਨ ਹਰ ਸਿਓ ਦੇਵੈ ਜੋਰ, ਚਰਨ ਗਹੋ ਬਕੋ ਸੁਭ ਰਸਨਾ, ਦੀਜਹ ਪ੍ਰਾਣੇ ਅਕੋਰ। ਕੋਈ ਜਨ ਹਰ ਸਿਓ ਦੇਵੈ ਜੋਰ, ਚਰਨ ਗਹੋ ਬਕੋ ਸੁਭ ਰਸਨਾ, ਦੀਜਹ ਪ੍ਰਾਣੇ ਅਕੋਰ। ਰਹਾਉ ਮਨ ਤਨ ਨਿਰਮਲ ਕਰਤ ਕੇ ਆਰੋ, ਹਰ ਸਿੰਚੈ
ਸੁਦਾ ਸੰਜੋਰ ਯਾਰਾ ਸੁਮਹਿ ਮਗਨ ਹੋਤ ਕਿਰਪਾ ਤੇ ਮਹਾ ਵਿਖਿਆ ਤੇ ਤੋਰ ਆਇਓ ਸਰਨ ਦੀਨ ਦੁਖ ਭੰਜਨ ਚਿਤਵੋ ਤੁਮਰੀ ਔਰ ਅਭੈ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਸ਼ੋਰ ਆਇਓ ਸਰਨ ਦੀਨ ਦੁਖ ਭੰਜਨ ਚਿਤਵੋ ਤੁਮਰੀ ਔਰ ਅਭੈ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਸ਼ੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਤ ਪਾਵਨ ਭਗਤ ਵਛਲ ਗਰੀਬ ਨਿਵਾਜ ਗੁਰਤਾ ਗੱਦੀ ਤੇ ਸੁਭਾਏਮਾਨ ਚਵਰ ਛਤਰ ਤਖਤ ਦੇ ਮਾਲਕ ਸਿੰਘਾਸਨ ਤੇ ਵਿਰਾਜਮਾਨ ਦਸਾਂ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਹਜ਼ੂਰੀ ਅੰਦਰ ਜੁੜ ਮਿਲ ਕਰਕੇ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪਾਂ ਪਾਵਨ ਬਚਨ ਰਾਗੀ ਸਿੰਘਾਂ ਦੀ ਰਸਨਾ ਪਾਸੋਂ ਸ਼੍ਰਵਣ ਕੀਤਾ। ਨਾਨਕ ਕਿਸਨੂੰ ਬਾਬਾ ਆਖੀਐ ਵਿਣ ਪੁੱਛਿਆ ਹੀ ਲੈ ਜਾਏ। ਪਰਮੇਸ਼ਰ ਨੇ ਜ਼ਿਕਰ ਕੀਤਾ ਵੀ ਹੇ ਭਾਈ ਕਿਹਦੇ ਅੱਗੇ ਜਾ ਕਰਕੇ ਜੋਦੜੀ ਕਰੀਏ, ਉਹ ਪਰਮੇਸ਼ਰ ਤੇ ਬਿਨਾਂ ਪੁੱਛੇ ਤੋਂ ਲੈ ਜਾਂਦਾ ਹੈ। ਸੋ ਇਸ ਲਈ ਹਜ਼ੂਰ ਸੱਚੇ ਪਾਤਸ਼ਾਹ ਦੇ ਪਾਵਨ ਬਚਨ ਸੀ ਵੀ ਕੋਈ ਵੀ ਮਨੁੱਖ ਜਿਹੜਾ ਰੱਜ ਨਾ ਜੀਵੇ ਆਪ ਹੀ ਰੱਜ ਦਾ ਨਹੀਂ ਜੀਵਨ ਨੂੰ ਪਾ ਕਰਕੇ, ਪਰ ਬਿਨਾਂ ਪੁੱਛਣ ਤੋਂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜਿਹੜਾ ਹੈ ਉਹ ਲੈ ਜਾਂਦਾ ਤੇ ਨਾਲ ਹਜ਼ੂਰ ਦੇ ਇਹ ਵੀ ਬਚਨ ਹਨ, ਹਰੀ ਨਾਹੀ ਨਹਿ ਡੱਡਰੀ ਪੱਕੀ ਵਾਢਣ ਹਾਰ, ਕਿ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜਿਹੜਾ ਨਾ ਉਹਦੀ ਉਦਾਹਰਨ ਦੇ ਕਰਕੇ ਸੱਚੇ ਪਾਤਸ਼ਾਹ ਨੇ ਸਮਝਾਇਆ ਵੀ ਇੱਕ ਖੇਤ ਇੱਕ ਜ਼ਮੀਨ ਦਾ ਮਾਲਕ ਜਿਹੜਾ ਹੈ ਉਹ ਆਪਣੀ ਜ਼ਮੀਨ ਵਿੱਚ ਖੇਤ ਵਿੱਚ ਫਸਲ ਬੀਜਦਾ ਹੈ ਤੇ ਉਹਦੀ ਮਰਜ਼ੀ ਹੈ, ਹਰੀ ਨਾਹੀ ਨਹਿ ਡੱਡਰੀ ਪੱਕੀ ਵੱਢਣ ਹਾਰ, ਉਹ ਭਾਵੇਂ ਕਹਿੰਦੇ ਹਰੀ ਫਸਲ ਵੱਢ ਲਵੇ ਭਾਵੇਂ ਡੱਡਰੀ ਭਾਵ ਕੀ ਸਿੱਟਿਆਂ ਤੇ ਆਈ ਹੋਈ ਤੇ ਪੱਕੀ ਜਿਹੜੀ ਆ ਵੀ ਉਹ ਪੱਕੀ ਹੋਈ ਫਸਲ ਤੋਂ ਭਾਵ। ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ
ਸਾਡੇ ਇਸ ਗਿੱਲ ਪਰਿਵਾਰ ਦੇ ਉਸ ਹੀਰੇ ਦੀ ਯਾਦ ਵਿੱਚ ਇਕੱਤਰ ਹੋਏ ਹਾਂ, ਜੁੜ ਬੈਠੇ ਹਾਂ। ਇਹ ਬੱਚਾ ਸਾਡਾ ਮੇਰੇ ਸਾਰੇ ਭਾਣਜਿਆਂ ਚੋਂ ਭਲਾ ਮਾਨ ਸਾਧੂ ਸੁਭਾਅ ਦਾ ਬੱਚਾ ਸੀ। ਜਿੱਥੋਂ ਤੱਕ ਇਸ ਪਰਿਵਾਰ ਨਾਲ ਇਹ ਬੇਇਨਸਾਫੀ ਕਹਿ ਲਓ, ਸਮੇਂ ਤੋਂ ਪਹਿਲਾਂ ਵੀ ਮੌਤ ਕਹਿ ਲਓ, ਇਹ ਪਰਿਵਾਰ ਸਾਡਾ ਪਹਿਲਾਂ ਵੀ ਇਹ ਕੁਛ ਚੱਲਦਾ ਆਇਆ, ਗੁਰੂ ਮਹਾਰਾਜ ਦੀ ਕੋਈ ਕਰੋਪੀ ਕਾਫੀ ਸਮੇਂ ਤੋਂ ਹੈ। ਇਸ ਬੱਚੇ ਦੀ ਤਰ੍ਹਾਂ ਹੀ ਕਾਫੀ ਸਮਾਂ ਪਹਿਲਾਂ ਸਾਡੇ ਬਾਈ ਜੀ ਸਾਹਿਬ ਬਲਦੇਵ ਸਿੰਘ ਜੀ ਬਹੁਤ ਛੋਟੀ ਉਮਰ ਚਲੇ ਗਏ। ਉਸ ਤੋਂ ਬਾਅਦ ਬਾਈ ਜੀ ਅਜਮੇਰ ਸਿੰਘ 40-45 ਸਾਲ ਦੀ ਉਮਰ ਚਲੇ ਗਏ, ਔਰ ਹੁਣ ਇਹ ਬੇਟਾ ਸਾਡਾ 40 ਸਾਲ ਦੀ ਉਮਰ ਵਿੱਚ ਚਲਾ ਗਿਆ। ਬਹੁਤ ਹੀ ਦੁਖਦਾਈ ਘਟਨਾ ਹੈ, ਪਰਿਵਾਰ ਨੂੰ ਝੱਲਣਾ, ਰਿਸ਼ਤੇਦਾਰਾਂ ਨੂੰ ਝੱਲਣਾ ਮੁਸ਼ਕਲ ਹੁੰਦਾ, ਪਰ ਕੀ ਕੀਤਾ ਜਾ ਸਕਦਾ, ਜੋ ਵਾਹਿਗੁਰੂ ਨੇ ਲਿਖਿਆ ਉਹ ਭੋਗਣਾ ਪੈਂਦਾ। ਅੱਜ ਨਵਜੋਤ ਦੇ ਭੋਗ ਸਮਾਗਮ 'ਤੇ ਇਕੱਤਰ ਹੋਏ ਸਾਕ ਸੰਬੰਧੀ ਇਲਾਕਾ ਨਿਵਾਸੀ ਵੱਖ ਵੱਖ ਪਾਰਟੀਆਂ ਦੇ ਨੁਮਾਇੰਦੇ ਇੱਥੇ ਪਹੁੰਚੇ ਆ। ਉਹਨਾਂ ਨੇ ਆਪਣਾ ਟਾਈਮ ਕੱਢ ਕੇ ਇਸ ਪਰਿਵਾਰ ਨੂੰ ਧਰਵਾਸ ਦੇਣ ਦੀ ਕੋਸ਼ਿਸ਼ ਕੀਤੀ ਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਬਹੁਤ ਸਾਰੇ ਮਤੇ ਇੱਥੇ ਪਹੁੰਚੇ ਆ, ਕੁਛ ਮਤੇ ਮੇਰੇ ਪਾਸ ਆ। ਆੜ੍ਹਤੀਆ ਐਸੋਸੀਏਸ਼ਨ ਤਲਵੰਡੀ ਭਾਈ, ਬਾਬਾ ਨਾਮਦੇਵ ਵੈਲਫੇਅਰ ਸੁਸਾਇਟੀ ਤਲਵੰਡੀ ਭਾਈ, ਪੈਨਸ਼ਨ ਐਸੋਸੀਏਸ਼ਨ ਤਲਵੰਡੀ ਭਾਈ, ਇਹਨਾਂ ਵੱਲੋਂ ਵੀ ਦੁੱਖ ਵਿੱਚ ਸ਼ਰੀਕ ਹੋਇਆ ਗਿਆ। ਜਿੰਨੀ ਵੀ ਸੰਗਤ ਇੱਥੇ ਪਹੁੰਚੀ ਆ, ਪਰਿਵਾਰ ਵੱਲੋਂ ਬਾਈ ਜੀ ਜਗਜੀਵਨ ਸਿੰਘ, ਸਰਦਾਰ ਗੁਰਦੀਪ ਸਿੰਘ ਜੀ ਗਿੱਲ ਪ੍ਰਧਾਨ ਸਾਹਿਬ ਵੱਲੋਂ, ਸਾਰੇ ਸਮੁੱਚੇ ਪਰਿਵਾਰ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਔਰ ਇੱਕ ਬੇਨਤੀ ਆ ਕਿ ਆਪ ਸਭ ਨੇ ਲੰਗਰ ਪਾਣੀ ਛੱਕ ਕੇ ਜਾਣਾ, ਔਰ ਗੁਰੂ ਮਹਾਰਾਜ ਦੀ ਪਵਿੱਤਰ ਗੋਦ ਦੇ ਵਿੱਚ ਬੈਠ ਕੇ ਅਸੀਂ ਸਾਰਿਆਂ ਨੇ ਅਰਦਾਸ ਵੀ ਕੀਤੀ ਹੈ। ਮੈਂ ਵੀ ਇਹ ਅਰਜ ਫਿਰ ਦੁਆਰਾ ਕਰਦਾ ਕਿ ਮਹਾਰਾਜ ਉਸ ਬੇਟੇ ਨੂੰ, ਨਵਜੋਤ ਨੂੰ, ਜਿਸ ਨੂੰ ਅਸੀਂ ਪਿਆਰ ਨਾਲ ਨੂਨਾ ਕਹਿੰਦੇ ਸੀ, ਉਸਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੋ, ਔਰ ਪਿੱਛੇ ਸਾਰੇ ਹੀ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਔਰ ਉਸ ਬੇਟੀ ਨੂੰ, ਉਹ ਜਿਹੜੀ ਉਹਦੀ ਸਾਥਣ ਹੈ, ਉਸਦੇ ਬੇਟੇ ਨੂੰ ਬਲ ਬਖਸ਼ੋ ਕਿ ਉਹ ਦੁਨੀਆਂ ਵਿੱਚ ਵਿਚਰ ਸਕਣ, ਔਰ ਆਪਣਾ ਵਾਹਿਗੁਰੂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਆਪਣਾ ਜਿਹੜਾ ਮਿਹਰ ਭਰਿਆ ਹੱਥ ਹੈ ਉਹ ਇਸ ਪਰਿਵਾਰ 'ਤੇ ਰੱਖ ਕੇ ਇਸ ਤੋਂ ਅੱਗੇ ਕੋਈ ਵੀ ਦੁੱਖ ਨਾ ਵਿਖਾਉਣ, ਇਸ ਪਰਿਵਾਰ ਨੂੰ ਚੰਗੀ ਸਿਹਤ ਔਰ ਚੜ੍ਹਦੀ ਕਲਾ ਵਿੱਚ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।